ਹਾਂਜੀ ਜਨਾਬ ਕੀ ਹਾਲ ਚਾਲ ਨੇ ਠੀਕ ਠਾਕੋ ਬਹਾਵਲ ਨਗਰ ਵਾਲੇ ਸੁਣਾਓ ਤੁਹਾਡੇ ਕਿਦਾਂ ਹਾਲ ਨੇ ਠੀਕ ਠਾਕੋ ਭਾਈ ਓਏ ਤੁਹਾਡੇ ਇਲਾਕੇ ਚ ਜ਼ਮੀਨ ਸੇਲ ਕਰ ਰਹੇ ਆ 19 ਮਰਬੇ ਲਾਗੇ ਤਾਗੇ ਵਾਲੇ ਵੀ ਸੁਣ ਲੋ ਜਿਹੜੇ ਭਾਈ ਆਪਾਂ ਨੂੰ ਪੁੱਛਦੇ ਸੀ ਇਹ ਲੈ ਤੁਹਾਡੇ ਵਾਸਤੇ ਭਾਈ ਓਏ ਯਕੀਨ ਕਰੋ ਬੜੀ ਮناسب ਬੜੀ ਘੱਟ ਰੇਟ ਉੱਤੇ ਇਹ ਹੈਗੀ ਆ 19 ਮਰਬੇ ਜ਼ਮੀਨ ਜ਼ਿਲ੍ਹਾ ਬਹਾਵਲ ਨਗਰ ਦੇ ਵਿੱਚ ਨਹਿਰੀ ਪਾਣੀ ਬਾਈ ਇਹਦਾ ਸਾਲਾਨਾ ਬਣਿਆ ਹੋਇਆ ਪੂਰੀ ਮਾਲੂਮਾਤ ਦਿਆਂਗੇ ਇਨਸ਼ਾਅੱਲਾ ਤੁਹਾਡਾ ਦਿਲ ਖੁਸ਼ ਹੋ ਜਾਏਗਾ ਐਸੀ ਜ਼ਮੀਨ اور ایسا رقبہ یقین کرو اکٹھا رقبہ ہے 19 مربع اور ਤੁਹਾਡਾ دل خوش ਕਰ دیں گے لازمی ٹیگ کرو بھائی ਜਿਹੜੇ ਜਿਹੜੇ ਜ਼ਮੀਨ ਲੈਣਾ ਚਾਹੁੰਦੇ ਸੀਗੇ ਇਨਸ਼ਾਅੱਲਾ ਤੁਹਾਨੂੰ ਇਹ ਪੂਰੀ ਮਾਲੂਮਾਤ ਦੇਾਂਗੇ ਉਹ ਤੁਹਾਡੀ ਇਨਸ਼ਾਅੱਲਾ ਇਸ ਰਕਬੇ ਤੇ ਮੇਰਾ ਦਾਵਾ ਦਾਵਾ ਇਸ ਗੱਲ ਦਾ ਕਿ ਤੁਹਾਡੀ ਡੀਲ ਪੱਕੀ ਹੋਏਗੀ بھائی 19 مربع ਜ਼ਮੀਨ اور ਇਹ ਹੈਗੀਆ ਕਮਰਸ਼ੀਅਲ ਵੀ ਹੈ ਔਰ ਸਾਈਡ ਤੇ ਵੀ ਪਈ ਆ ਕਿਉਂਕਿ ਇਕੱਠਾ ਰਕਬਾ ਸਾਰਾ ਵਿੱਚ ਕੋਈ ਥੋੜਾ ਬੋਤਾ ਵਿੱਚ 4 ਏਕੜ ਦਾ 5 ਏਕੜ ਦੇ ਟੋਟੇ ਵਿੱਚ ਹੈ ਨੇ ਬਾਕੀ ਸਾਰਾ ਇਕੱਠਾ ਬਈ ਇਹਨੂੰ ਪੱਕੇ ਖਾਲ ਬਣੇ ਹੋਏ ਨੇ ਨਹਿਰੀ ਪਾਣੀ ਦਾ ਸਲਾਨਾ ਮਲਕ ਨਹਿਰ ਮਸ਼ਹੂਰ ਆ ਮਲਕ ਵਾਲੀ ਨਹਿਰ ਇਹ ਮਲਕ ਵਾਲੀ ਨਹਿਰ ਦੇ ਲਾਗੇ ਰਕਬਾ ਪਿਆ ਮੋੜ ਦੇ ਉੱਤੇ ਸੋਨਾ ਰਕਬਾ ਪੱਕੇ ਖਾਲ ਟਰਬਾਈਨਾ ਸ਼ਰਬੈਨਾ ਬਈ ਲੱਗੀਆਂ ਹੋਈਆਂ ਠੀਕ ਹੈ ਇਹ ਸਰਕਾਰੀ ਸੜਕ ਤੁਸੀਂ ਦੇਖ ਰਹੇ ਹੋ ਸਰਕਾਰੀ ਸਰਕਾਰੀ ਸੜਕ ਜਿਹੜੀ ਹੈ ਇਨਾ ਰਕਬਿਆਂ ਨੂੰ ਲੱਗਦੀ ਹੈ ਇਹ ਬਿਜਲੀ ਵੀ ਲੱਗੀ ਹੋਈ ਹੈ ਪੱਕੇ ਖਾਲ ਨਹਿਰੀ ਪਾਣੀ ਔਰ ਸੋਹਣਾ ਰਕਬਾ ਮੈਂ ਕਿੰਨਾ ਜੀ ਦਿਲ ਖੁਸ਼ ਹੋ ਜਾਏਗਾ ਤੁਹਾਡਾ ਐਸਾ ਰਕਬਾ ਤੁਸੀਂ ਜ਼ਿੰਦਗੀ ਜੀ ਨਹੀਂ ਦੇਖਿਆ ਹੋਣਾ ਬਹਾਵਲ ਨਗਰ ਵਾਲੀ ਸਾਈਡ ਤੇ ਖਾਸ ਕਰ ਵਿੱਚ ਕੁਝ ਇਲਾਕੇ ਵੀ ਹੈਗੇ ਨੇ ਐਸੇ ਕਿ ਜਿੱਥੇ ਕੋਈ ਥੋੜੀ ਬਹੁਤੀ ਰੇਤਲੀ ਹੈ ਲੇਕਿਨ ਤੁਹਾਨੂੰ ਇਹ ਦੱਸਦੇ ਜਾਈਏ ਕਿ ਇੱਥੇ ਇਹਦੇ ਵਿੱਚ ਜਿਹੜੀ ਫਸਲ ਕਾਸ਼ਤ ਹੋਈ ਹੈ ਖਾਸ ਕਰ ਮੱਕੀ ਦੀ ਤੁਸੀਂ ਦੇਖ ਵੀ ਰਹੇ ਹੋ ਮੱਕੀ ਦੀ ਕਾਸ਼ਤ ਹੋਈ ਹੈ ਚਾਵਲ ਦੀ ਕਾਜ ਤਾਂ ਹੋਈ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਨੇ ਨਹਿਰੀ ਪਾਣੀ ਭਈ ਥੀ ਨਾ ਕਿ ਚਾਵਲ ਤੁਸੀਂ ਖੁੱਲੇ ਦਿਲ ਨਾਲ ਬੀਜ ਸਕਦੇ ਜੇ ਔਰ ਪੈਸਿਆਂ ਦੀਆਂ ਬੋਰੀਆਂ ਭਰ ਸਕਦੇ ਜੇ ਅਲਹਮਦੁਲਿਲਾ ਐਸੀ ਜ਼ਮੀਨ ਆ ਔਰ ਇਹਦਾ بھائی ਤੁਹਾਨੂੰ ਦੱਸਦੇ ਜਾਈਏ ਫੀ ਏਕੜ ਦੀ ਡਿਮਾਂਡ ਜਿਹੜੀ ਆ ਉਹ ਹੈਗੀ 28 ਲੱਖ ਰੁਪਇਆ ਠੀਕ ਹੋ ਗਿਆ ਦੂਸਰੀ ਗੱਲ ਭਾਈ ਇਹ ਤੁਹਾਨੂੰ ਦੱਸ ਦੇ ਜਾਈਏ ਕਿ ਇਹ ਕਪਾਹ ਦੀ ਕਾਜਤ ਪਹਿਲੇ ਹੋਈ ਸੀ ਵੀਡੀਓ ਪੁਰਾਣੀ ਆ ਕਪਾਹ ਦੀ ਕਾਜਤ ਹੋਈ ਸੀ ਇਹ ਤੁਹਾਡੇ ਸਾਹਮਣੇ ਆ ਔਰ ਇਹਦੀ ਇਕੱਠੀ ਜ਼ਮੀਨ ਆ ਕੋਈ 5 ਏਕੜ ਦਾ ਪਲਾਟ ਬਣਿਆ ਕੋਈ 6 ਏਕੜ ਦਾ ਪਲਾਟ ਬਣਿਆ ਪਲਾਟਿੰਗ ਹੋਈ ਏ ਸਾਰੀ ਠੀਕ ਹੈ ਅ ਜਿੱਥੇ ਤੱਕ ਤੁਹਾਨੂੰ ਅ ਜਿੱਥੇ ਸਾਹਮਣੇ ਬਾਗ ਨਜ਼ਰ ਆ ਰਿਹਾ ਇਸ ਬਾਗ ਤੋਂ ਉਰਲੇ ਪਾਸੇ ਸਾਰੀ ਜ਼ਮੀਨ ਜਿਹੜੀ ਆਪਾਂ ਸੇਲ ਕਰ ਰਹੇ ਆ ਉਨੀ ਮਰਬੇ ਹੋ ਆ ਬਾਕੀ ਭਾਈਆ ਨੰਬਰ ਉੱਤੇ ਤਕੀਰ ਭਾਈ ਦਾ ਚੱਲ ਰਿਹਾ ਹੈ ਮਾਲੂਮਾਤ ਵਿਜ਼ਿਟ ਕਰਨਾ ਜਾ ਕੇ ਤੁਸੀਂ ਦੇਖਣੀ ਹੈ ਜ਼ਮੀਨ ਡੀਲ ਕਰਨੀ ਹੈ ਤੁਹਾਨੂੰ ਮੁਕੰਮਲ ਮਾਲੂਮਾਤ ਹਰ ਗੱਲ ਮੌਕੇ ਤੇ ਜਿਹੜੀ ਘਟ ਵੱਧ ਹੋਏਗੀ ਉਹ ਵੀ ਇਨਸ਼ਾਅੱਲਾ ਕਰਵਾਉਣਗੇ ਬਹੁਤ ਅੱਛੇ ਔਰ ਮਾਸ਼ਾਅੱਲਾ ਗੁੱਡ ਬੰਦੇ ਨੇ ਇਹ ਕੰਮ ਬਹੁਤ ਅੱਛੇ ਤਰੀਕੇ ਨਾਲ ਕਰ ਰਹੇ ਨੇ ਖਾਸ ਕਰ ਪ੍ਰਾਪਰਟੀ ਦੇ ਲਿਹਾਜ਼ ਨਾਲ ਇਹ ਰਕਬਾ ਵੀ ਬਾਈ ਇਨਾ ਕੋਲ ਹੀ ਹੈ ਇਹੀ ਸੇਲ ਕਰਵਾ ਰਹੇ ਨੇ ਔਰ ਇਹ ਹੈਗੀ ਆ 19 ਮਰਬੇ ਨਹਿਰੀ ਪਾਣੀ ਸਲਾਨਾ ਰਜਿਸਟਰੀ ਇੰਤਕਾਲ ਕੋਈ ਰੋਲੇ ਵਾਲੀ ਜ਼ਮੀਨ ਨਹੀਂ ਬਾਈ ਠੀਕ ਹੈ ਔਰ ਆ ਦੇਖ ਸਕਦੇ ਤੁਸੀਂ ਪਲਾਟਿੰਗ ਹੋਈ ਹੈ ਬਾਈ ਸਾਰੀ ਕੋਈ ਮਤਲਬ 5 ਏਕੜ ਦਾ ਕੋਈ 10 ਏਕੜ ਦਾ ਇਵੇਂ ਇਕੱਠੇ ਪਲਾਟ ਬਣੇ ਹੋਏ ਨੇ ਅ ਜਿੱਥੇ ਜਿੱਥੇ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਨਾ ਮੇਰਾ ਵੀਰ ਇਹ ਸਾਰਾ ਰਕਬਾ ਇਹ ਹੈਗਾ ਜਿਹੜਾ ਆਪਾਂ ਸੇਲ ਕਰ ਰਹੇ 19 ਮਰਬੇ ਬਾਕੀ ਭਾਈ ਇਹਦੇ ਜੀ ਤੁਹਾਨੂੰ ਦਿਖਾਉਣੇ ਆਪਾਂ ਕਮਰਸ਼ੀਅਲ ਜਿਹੜਾ ਰਕਬਾ ਨਾ ਜਿਹੜਾ ਜ਼ਮੀਨ ਉੱਤੇ ਮਤਲਬ ਸਰਕਾਰੀ ਰੋਡ ਦੇ ਉੱਤੇ ਰਕਬਾ ਪਿਆ ਉਹਦਾ ਵੀ ਤੁਹਾਨੂੰ ਵਿਜ਼ਿਟ ਕਰੋਨੇ ਇਸੇ ਵੀਡੀਓ ਚ ਠੀਕ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਦੱਸਿਆ لازمی ਕਰੋ ਮੇਰਾ ਵੀ ਵੀਡੀਓ ਕਿਵੇਂ ਦੀ ਲੱਗਦੀ ਆ ਠੀਕ ਆ ਆਪਾਂ ਤੁਹਾਡੇ ਸਿਰ ਤੇ ਹੀ ਕੰਮ ਕਰ ਰਹੇ ਆ ਤੇ ਸਪੋਰਟ لازمی ਕਰਿਆ ਕਰੋ ਭਈਆ ਤੁਸੀਂ ਦੇਖ ਰਹੇ ਹੋ ਇਹ ਹੈਗਾ ਮੇਨ ਕਮਰਸ਼ਲ ਠੀਕ ਹੈ ਇਹ ਹੁਣ ਮੋਟਰਸਾਈਕਲ ਦੇ ਉੱਤੇ ਬਾਈ ਹੁਣੀ ਬੈ ਕੇ ਤੁਹਾਨੂੰ ਸਾਰੀ ਇਹ ਦੀ ਜਿਹੜੀ ਆ ਨਾ ਵੀਡੀਓ ਤੁਹਾਨੂੰ ਦਿਖਾਉਣਗੇ ਮੂਵੀ ਬਣਾਈ ਹੋਈ ਆ ਮੁਕੰਮਲ ਕਿ ਇਹ ਆਬਾਦੀ ਦੇ ਬਿਲਕੁਲ ਅਟੈਚ ਆ ਕੁਸ਼ ਜਿਹੜਾ ਮਤਲਬ ਕਲੋਨੀਆਂ ਨਾਲ ਕਟੀਆਂ ਹੋਈਆਂ ਉਹਨਾਂ ਦੇ ਨਾਲ ਇਹ ਰਕਬਾ ਪਿਆ ਆ ਤੁਸੀਂ ਦੇਖ ਸਕਦੇ ਹੋ ਝੋਨੇ ਦੀ ਕਾਸ਼ਤ ਹੋਈ ਹੈ ਸੋਹਣੀ ਜ਼ਮੀਨ ਹੈ ਜਿੱਥੇ ਬਾਈ ਝੋਨਾ ਬੀਜਿਆ ਜਾਂਦਾ ਨਾ ਯਕੀਨ ਕਰੋ ਉਹ ਫਸਲ ਮਾੜੀ ਮੋਟੀ ਨਹੀਂ ਹੁੰਦੀ ਮਤਲਬ ਉਹ ਜ਼ਮੀਨ ਜਿਹੜੀ ਆ ਤਗੜੀ ਜ਼ਮੀਨ ਆ ਦਰਖੇ ਜ਼ਮੀਨ ਆ ਇੱਥੇ ਬਾਈ ਚਾਵਲ ਮਸ਼ਹੂਰ ਆ ਔਰ ਗੰਦਮ ਇੱਥੇ ਮਾਸ਼ਾਅੱਲਾ ਬਹੁਤ ਅੱਛੀ ਪੈਦਾਵਾਰ ਹੁੰਦੀ ਹੈ ਤਕਰੀਬਨ 55 50 55 60 ਮਣ ਉਸ ਜਿਹੜੀ ਆ ਉਹ ਹੁੰਦੀ ਹੈ ਇੱਥੇ ਮਤਲਬ ਸੋਹਣੀ ਜ਼ਮੀਨਾਂ ਨੇ ਕਪਾਹ ਦੀ ਕਾਸ਼ਤ ਵੀ ਬਿਹਤਰੀਨ ਆ ਔਰ ਇੱਥੇ ਮੱਕਈ ਤੁਹਾਡੇ ਸਾਹਮਣੇ ਮੱਕਈ ਨੇ ਤੇ ਮਾਸ਼ਾਅੱਲਾ ਇੱਥੇ ਮੈਂ ਕਹਿੰਦਾ ਲਹਿਰ ਬੰਨੀ ਹੈ ਜੀ ਸੋਹਣੀ ਮੱਕਈ ਹੋਈ ਹੈ ਤੇ ਬਾਕੀ ਭਾਈ ਇਹਦੀ ਵੀਡੀਓ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਆਬਾਦੀ ਦੇ ਬਿਲਕੁਲ ਅਟੈਚ ਹੈ ਰਕਬਾ 19 ਮਰਬੇ ਹੈ ਇਹ ਕੁਛ ਭਾਈ ਰਕਬਾ ਪਿਆ ਹੋਇਆ ਠੀਕ ਹੈ ਆਬਾਦੀ ਬਣੀ ਹੈ ਨਾਲ ਭਾਈ ਆਬਾਦੀ ਦੇ ਦੂਸਰੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਇਹ ਰਕਬਾ ਅੱਗੇ ਸਾਹਮਣੇ ਫਰੰਟ ਤੇ ਇਸ ਸਾਈਡ ਤੇ ਦੋਨਾਂ ਸਾਈਡਾਂ ਤੇ ਇਹੀ ਰਕਬਾ ਠੀਕ ਹੈ ਇਹ ਤੁਹਾਨੂੰ ਜਿਹੜਾ ਅੱਗੇ ਆਪਾਂ ਪਹਿਲੇ ਵਿਜ਼ਿਟ ਕਰਾਇਆ ਉਹ ਹੈਗਾ ਅੰਦਰ ਵਾਲਾ ਰਕਬਾ ਠੀਕ ਹੈ ਜਿਹੜਾ ਹੁਣ ਤੁਹਾਨੂੰ ਵਿਜ਼ਿਟ ਕਰਾ ਰਹੇ ਇਹ ਮੇਨ ਰੋਡ ਦੇ ਉੱਤੇ ਆ ਕਮਰਸ਼ੀਅਲ ਜਿਹਨੂੰ ਕਹਿ ਰਹੇ ਅਸੀਂ ਤੁਹਾਨੂੰ ਠੀਕ ਹੈ ਬਾਕੀ ਵੀ ਕਮਰਸ਼ੀਅਲ ਦਾ ਕੀ ਰੇਟ ਹੈ ਔਰ ਇਹਦਾ ਜਿਹੜੀ ਅੰਦਰ ਤੁਹਾਨੂੰ ਜ਼ਮੀਨ ਚੈੱਕ ਕਰਾਈ ਆ ਉਹਦਾ ਕੀ ਰੇਟ ਆ ਇਹ ਸਾਨੂੰ ਜਿਹੜੀ ਮਾਲੂਮਾਤ ਦਿੱਤੀ ਗਈ ਹੈ ਮੇਰਾ ਵੀਰ ਤੁਹਾਨੂੰ ਉਹ ਦੱਸ ਰਿਹਾ ਕਿ 25 ਲੱਖ ਰੁਪਇਆ ਬਾਕੀ ਭਾਈ ਤੁਹਾਨੂੰ ਕਮਰਸ਼ੀਅਲ ਦਾ ਕੀ ਰੇਟ ਮਿਲੇਗਾ ਔਰ ਅੰਦਰ ਵਾਲੀ ਜਿਹੜੀ ਜ਼ਮੀਨ ਹੈ ਬਗੈਰ ਕਮਰਸ਼ੀਅਲ ਤੋਂ ਉਹਦਾ ਕੀ ਰੇਟ ਮਿਲੇਗਾ ਇਹ ਤੁਹਾਨੂੰ ਸਾਰੀ ਮਾਲੂਮਾਤ ਦੇ ਦੇਣਗੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਭਾਈ ਸਾਡੇ ਲਈ ਕੋਈ ਕੰਮ ਹੋਵੇ ਜ਼ਰੂ ਤਕੀਰ ਭਾਈ ਦਾ ਨੰਬਰ ਉੱਤੇ ਚੱਲ ਰਿਹਾ ਸੀ ਤੁਸੀਂ ਨੰਬਰ ਨੋਟ ਕਰ ਲੈਣਾ ਮਾਲੂਮਾਤ ਲੈਣੀ ਹੈ ਜੋ ਵੀ ਗੱਲਬਾਤ ਤੁਸੀਂ ਇਹਨਾਂ ਨਾਲ ਕਰਨੀ ਹੈ ਠੀਕ ਹੈ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਦੱਸਿਆ ਜ਼ਰੂਰ ਕਰੋ ਬਈ ਵੀਡੀਓ ਕਿਵੇਂ ਦੀ ਲੱਗੀ ਠੀਕ ਹੈ ਤੇ ਬਾਕੀ ਭਾਈ ਇਹ ਜਿਹੜਾ ਰਕਬਾ ਤੁਹਾਨੂੰ ਨਜ਼ਰ ਆ ਰਿਹਾ ਇਹ ਇਸੇ ਆਪਣੇ 19 ਮਰਬੇ ਦੇ ਵਿੱਚ ਆ ਮਕਈ ਵੀ ਕਾਹਤ ਹੋਈ ਆ ਦੂਜੀ ਸਾਈਡ ਤੇ ਭਾਈ ਆਬਾਦੀ ਬਣੀ ਹੋਈ ਹੈ ਠੀਕ ਹੈ ਮਿਲਾਂਗੇ ਅਗਲੀ ਵੀਡੀਓ ਚੱਲਸ